ਅਕਾਲ ਜੀ, ਅੱਜ ਤੁਹਾਨੂੰ ਦੱਸਾਂਗੇ ਆਪਾਂ ਜੋੜ ਵਾਲੀ ਸਲੀਵ ਦੀ ਕਟਿੰਗ। ਦੇਖੋ ਜੋ ਆਪਣਾ ਇਹ ਵਾਲਾ ਕੱਪੜਾ ਹੈ ਸਲੀਵ ਦੇ ਲਈ, ਇਹ ਆਪਣੇ ਕੋਲ ਘੱਟ ਆ, 7.5 ਇੰਚੀ ਆ। ਹੁਣ ਇਹਦੇ ਵਿੱਚ ਜੋੜ ਪਾਉਣਾ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਦੇਖੋ ਜੀ, ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲੈਣਾ ਹੈ। ਇਹ ਜੋ ਕੱਪੜਾ ਹੈ ਆਪਾਂ ਨੂੰ 10 ਇੰਚ ਚਾਹੀਦਾ ਹੈ। ਆ ਦੋ ਪੀਸ ਜੋ ਆਪਾਂ ਜੋੜ ਦੇ ਕਟਿੰਗ ਕਰ ਲੈਣੇ ਨੇ, ਇਹਦੇ ਉੱਪਰ ਰੱਖ ਲੈਣੇ ਨੇ। ਇਹ ਵਾਲੇ ਦੇਖੋ 1.5 ਇੰਚ ਆਪਾਂ ਇਹਨਾਂ ਨੂੰ ਉੱਪਰ ਰੱਖ ਲਿਆ ਦੋਨਾਂ ਨੂੰ। ਵੈਸੇ ਆ ਪਹਿਲਾਂ ਜੋੜ ਪਾ ਕੇ ਵੀ ਆਪਾਂ ਕਟਿੰਗ ਕਰ ਸਕਦੇ ਹਾਂ। ਮੋਢਾ ਹੈਗਾ 8.5 ਇੰਚ, ਤਾਂ ਇੱਧਰ 9.5 ਇੰਚ ਆਪਾਂ ਨੂੰ ਮੋਢਾ ਚਾਹੀਦਾ ਜੀ। ਸਲੀਵ ਦੀ ਲੰਬਾਈ ਆਈ 16.5 ਇੰਚ, 17 ਇੰਚ 'ਤੇ ਆਪਾਂ ਮਾਰਕ ਕਰਾਂਗੇ। ਬੋਟਮ ਆ ਜੀ ਉਹਨਾਂ ਦੀ 5.5 ਇੰਚ, 2 ਇੰਚ ਦਾ ਆਪਾਂ ਮਾਰਜਨ ਲਵਾਂਗੇ ਉਹਦੇ। ਹਾਂਜੀ, ਹੁਣ ਆਪਾਂ ਇਸਦੀ ਕਟਿੰਗ ਕਰਦੇ ਹਾਂ।